ਕਬੀਰ ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜ ਉਰਜ ਕੇ ਪਚ ਮੂਆ, ਚਾਰੋਂ ਵੇਦੋਂ ਮਾਹੇ। ਕਹਿੰਦੇ ਤੇ ਉਹ ਤੇ ਆਪਣੇ ਚਾਰ ਵੇਦਾਂ ਦੀ ਵਿਚਾਰਧਾਰਾ ਦੇ ਵਿੱਚ ਫਸ ਕੇ ਆਤਮਕ ਤੌਰ ਤੇ ਮਰਿਆ ਪਿਆ। ਉਹਦੇ ਆਪਣੇ ਪੱਲੇ ਕੁਝ ਨਹੀਂ ਹੈਗਾ, ਲੋਕਾਂ ਨੂੰ ਕੀ ਦੇਵੇਗਾ। ਪਰ ਕਹਿੰਦੇ ਦੁਨੀਆਂ ਦਾ ਹਾਲ ਪਤਾ ਕੀ ਬਣਿਆ ਹੋਇਆ, ਕਬੀਰ ਜਿਹੇ ਮਾਰਗ ਪੰਡਿਤ ਗਏ। ਜਿਸ ਮਾਰਗ ਦੇ ਉੱਤੇ ਇਹ ਪੰਡਿਤ ਗਏ, ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਲੋਕ, ਉਹ ਪੰਡਿਤ ਬੋਧੀ ਧੋਤੀ ਵਾਲਾ ਵੀ ਹੋ ਸਕਦਾ, ਉਹ ਪੰਡਿਤ ਜਿਹੜਾ ਇਹ ਸਿੱਖੀ ਸਰੂਪ 'ਚ ਵੀ ਹੋ ਸਕਦਾ, ਉਹ ਪੰਡਿਤ ਜਿਹੜਾ ਇਹ ਕੋਈ ਮੌਲਵੀ ਵੀ ਹੋ ਸਕਦਾ, ਉਹ ਪੰਡਿਤ ਜਿਹੜਾ ਕੋਈ ਕ੍ਰਿਸ਼ਨਾ ਦੇ ਵਿੱਚ ਵੀ ਹੋ ਸਕਦਾ। ਸਭ ਦੀ ਗੱਲ ਆਵੇਗੀ ਇੱਥੇ, ਮਤਾ ਕਿਤੇ ਇੱਕ ਮੱਤ ਉੱਤੇ ਟਕਾਇਓ ਗੱਲਾਂ, ਇਹ ਸਭਨਾਂ ਦੇ ਉੱਤੇ ਆਉਂਦੀ ਹੈ। ਜੇ ਮੇਰੇ ਵਰਗਾ ਬੰਦਾ ਧਾਰਮਿਕ ਪਹਿਰਾਵਾ ਪਾ ਕੇ ਫਰੋਡ ਕਰਦਾ ਪਿਆ ਨਾ ਆਮ ਜਨਤਾ ਦੇ ਨਾਲ, ਤਾਂ ਉੱਥੇ ਮੇਰਾ ਜ਼ਿਕਰ ਵੀ ਵਿੱਚ ਹੀ ਆ ਜਾਣਾ, ਸਭਨਾਂ ਦਾ ਆ ਜਾਣਾ। ਕਬੀਰ ਜਿਹੇ ਮਾਰਗ ਪੰਡਿਤ ਗਏ, ਜਿਸ ਮਾਰਗ ਦੇ ਉੱਤੇ ਪੰਡਿਤ ਲੋਕ ਗਏ, ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਲੋਕ ਗਏ, ਹੋਇਆ ਕੀ, ਪਾਛੈ ਪਰੀ ਵਹੀਰ, ਲੋਕ ਵਹੀਰਾਂ ਘੱਤ ਕੇ ਪਿੱਛੇ ਤੁਰ ਪਏ, ਵਹੀਰਾਂ ਘੱਤ ਕੇ। ਤੁਸੀਂ ਵੇਖਿਆ ਹੋਣਾ ਭੇਡ ਚਾਲ ਕਦੀ ਵੇਖੀ, ਭੇਡਾਂ ਜਦੋਂ ਤੁਰਦੀਆਂ ਨੇ, ਘਟਨਾ ਵਾਪਰੀ ਸੀ ਅਖਬਾਰ ਦੇ ਵਿੱਚ, ਕਾਫੀ ਸਮਾਂ ਪਹਿਲਾਂ ਆਈ ਸੀ, ਤੁਰਕੀ ਦੇਸ਼ ਦੇ ਵਿੱਚ ਵਾਹਵਾ ਸਾਰੀਆਂ ਭੇਡਾਂ ਜਿਹੜੀਆਂ ਸੀ ਨਾ ਜਾ ਰਹੀਆਂ ਸੀ, ਤੇ ਨਾਲ ਆਜੜੀ ਜਿਹੜਾ ਸੀ ਉਹ ਜਾਂਦਾ ਪਿਆ ਸੀਗਾ। ਹੋਇਆ ਕਿ ਇੱਕ ਪਹਾੜੀ ਆਈ, ਤੇ ਇੱਕ ਪਹਾੜੀ ਤੋਂ ਨਾ ਉਹ ਭੇਡ ਦਾ ਪੈਰ ਜਿਹੜਾ ਉਹ ਤਿਲਕ ਗਿਆ, ਉਹ ਭੇਡ ਜਿਹੜੀ ਸੀ ਉਸ ਪਹਾੜੀ ਤੋਂ ਥੱਲੇ ਡਿੱਗੀ, ਥੱਲੇ ਡਿੱਗੀ, ਦੇਖ ਕੇ ਮਰ ਗਈ। ਹੁਣ ਜਿਹੜੀਆਂ ਉਹਦੀਆਂ ਪਿੱਛੇ ਭੈਣਾਂ ਖਲੋਤੀਆਂ ਸੀ, ਉਹ ਵੀ ਜਾ ਰਹੀਆਂ ਸੀ ਉਹਦੇ ਪਿੱਛੇ ਪਿੱਛੇ, ਉਹਨਾਂ ਨੇ ਵੇਖਿਆ ਵੀ ਇਹ ਥੱਲੇ ਗਈ ਹੈ। ਹੁਣ ਭੇਡਾਂ ਦਾ ਦਿਮਾਗ ਨਹੀਂ ਜੇ ਹੁੰਦਾ, ਉਹਨਾਂ ਨੂੰ ਤਾਂ ਚਾਹੀਦਾ ਸੀ ਨਾ ਵੈਸੇ ਵੀ ਉਹ ਡਿੱਗ ਪਈ ਥੱਲੇ, ਮਰ ਗਈ ਹੋਣੀ ਹੈ। ਬਾਕੀਆਂ ਨੇ ਸੋਚਿਆ ਚੱਲ ਗਈ ਹੈ ਨਾ ਉੱਧਰ ਨੂੰ, ਅਸੀਂ ਵੀ ਉੱਦਾਂ ਹੀ ਕਰਨਾ ਹੈ, ਉਹਦੀ ਕਾਪੀ ਕਰਨੀ ਹੈ, ਜਿੱਦਾਂ ਉਹਨੇ ਕੀਤਾ ਕਰਨਾ ਉੱਦਾਂ ਹੀ ਹੈ। ਅਤੇ ਅਖਬਾਰ 'ਚ ਖਬਰ ਆਈ, ਉਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਭੇਡਾਂ ਸੀਗੀਆਂ, ਉਹ ਸਾਰੀਆਂ ਨੇ ਇਕੱਲੀ ਇਕੱਲੀ ਕਰਕੇ ਛਾਲ ਮਾਰ ਦਿੱਤੀ, ਸਾਰੀਆਂ ਦੀਆਂ ਸਾਰੀਆਂ ਹੀ ਮਰ ਗਈਆਂ, ਸਾਰੀਆਂ ਸਾਰੀਆਂ ਮਰ ਗਈਆਂ। ਕਿਉਂ? ਕਿਉਂਕਿ ਦੇਖਾ ਦੇਖੀ ਸਭ ਕਰੈ, ਮਨਮੁੱਖ ਬੂਝ ਨਾ ਪਾਏ। ਬਹੁਤੀ ਵਾਰੀ ਬੰਦਿਆਂ ਦਾ ਹਾਲ ਵੀ ਭੇਡਾਂ ਵਾਲਾ ਹੋ ਜਾਂਦਾ, ਉਹ ਵੇਖ ਕੇ ਤੁਰਦੇ ਨੇ, ਯਾਰ ਫਲਾਣੇ ਨਹੀਂ ਕਰਦੇ, ਅਸੀਂ ਕਰ ਲਿਆ ਤਾਂ ਕੀ ਹੋਇਆ, ਫਲਾਣਿਆਂ ਨੇ ਵੀ ਤਾਂ ਮੁੰਡੇ ਦੇ ਵਿਆਹ 'ਤੇ ਸ਼ਰਾਬ ਪਿਆਈ ਸੀ, ਜੇ ਅਸੀਂ ਪਿਆਤੀ ਤਾਂ ਫਿਰ ਕਿਹੜੀ ਮਾੜੀ ਗੱਲ ਹੋ ਗਈ। ਫਲਾਣਿਆਂ ਨੇ ਵੀ ਤਾਂ ਜਦੋਂ ਆਪਣੇ ਪੁੱਤ ਦਾ ਵਿਆਹ ਕੀਤਾ ਸੀ, ਉੱਥੇ ਜੋ ਰਿਸੈਪਸ਼ਨ ਸੀਗੀ, ਡੀਜੇ ਲਾਏ ਨਹੀਂ ਸੀ, ਆ ਗਾਣੇ ਲਾਏ ਨਹੀਂ ਸੀ, ਲੱਖ 28 ਕੁੜੀ ਦਾ, 47 ਵੇਟ ਕੁੜੀ ਦਾ, ਜੇ ਅਸੀਂ ਲਾ ਲਏ ਤਾਂ ਕਿਹੜੀ ਮਾੜੀ ਗੱਲ ਹੋ ਗਈ। ਲੱਚਰਤਾ, ਗੰਦ, ਜਿਨ੍ਹਾਂ ਚੀਜ਼ਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਦੂਰ ਕਰਕੇ ਗਏ ਸੀ ਨਾ, ਉਹ ਗੰਦ ਜਿਹੜਾ ਆ ਸਾਡੇ ਸਮਾਜ ਦੇ ਵਿੱਚ ਫਿਰ ਆ ਗਿਆ ਹੋਇਆ, ਉਹ ਗੰਦ ਫਿਰ ਆ ਗਿਆ। ਜਿਸ ਗੰਦ ਦੇ ਵਿੱਚੋਂ ਬਾਹਰ ਕੱਢਿਆ ਸੀਗਾ, ਜਿਸ ਲੱਚਰਤਾ ਦੇ ਵਿੱਚੋਂ ਗੁਰੂ ਪਾਤਸ਼ਾਹ ਸਾਨੂੰ ਬਾਹਰ ਕੱਢਣਾ ਚਾਹੁੰਦੇ, ਸਾਡਾ ਸਮਾਜ ਅੱਜ ਉਸੇ ਲੱਚਰਤਾ ਨੂੰ ਫਿਰ ਸਿਰ ਦੇ ਉੱਤੇ ਬਿਠਾ ਕੇ ਬੈਠਾ ਹੋਇਆ। 99% ਜਿਹੜੇ ਵਿਆਹ ਹੁੰਦੇ ਨੇ ਨਾ, ਉਹ ਇਸੇ ਲੱਚਰਤਾ ਦੇ ਆਲੇ ਦੁਆਲੇ ਫਿਰ ਰਹੇ ਹੁੰਦੇ ਨੇ, ਗੁਰੂ ਦੀ ਮੱਤ ਤਾਂ ਕਿਸੇ ਨੂੰ ਚੇਤੇ ਹੁੰਦੀ ਨਹੀਂ। ਖੈਰ, ਅੱਜ ਮੇਰਾ ਇਹ ਵਿਸ਼ਾ ਨਹੀਂ, ਮੈਂ ਇਸ ਕਰਕੇ ਇਸ ਪਾਸੇ ਨੂੰ ਜਾਵਾਂਗਾ ਨਹੀਂ। ਸੋ ਇਹ ਸਾਡੇ ਸਮਾਜ ਦਾ ਹਾਲ ਹੈ ਭੇਡ ਚਾਲ ਵਾਲਾ। ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ, ਇੱਕ ਅਵਘਟ ਘਾਟੀ ਰਾਮ ਕੀ। ਬਾਬਾ ਕਬੀਰ ਜੀ ਕਹਿੰਦੇ, ਹੁਣ ਮੈਂ ਆਪਣੇ ਬਾਰੇ ਦੱਸਾਂ,
ਕਹਿੰਦੇ ਮੈਂ ਉਸ ਘਾਟੀ ਦੇ ਉੱਤੇ ਗਿਆ ਜਿਹਨੂੰ ਦੁਨੀਆ ਦੇ ਲੋਕ ਔਖੀ ਘਾਟੀ ਕਹਿੰਦੇ ਨੇ। ਔਖੀ ਘਾਟੀ ਕਹਿਣ ਦਾ ਭਾਵ ਇਹ ਹੈ ਮੈਂ ਉਸ ਰਸਤੇ ਦੇ ਉੱਤੇ ਤੁਰਿਆ ਜਿਹੜਾ ਰਸਤਾ ਆਮ ਦੁਨੀਆ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੁੰਦਾ। ਜੇ ਮੈਂ ਅੱਜ ਦੇ ਹਿਸਾਬ ਨਾਲ ਕਹਿਣਾ ਹੋਵੇ ਨਾ, ਜੇ ਬਾਬਾ ਕਬੀਰ ਜੀ ਅੱਜ ਹੁੰਦੇ ਤਾਂ ਅੱਜ ਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ, ਤਾਂ ਬਾਬਾ ਕਬੀਰ ਜੀ ਮੰਨ ਲਓ ਅੱਜ ਆਪਣੇ ਪੁੱਤ ਦਾ ਵਿਆਹ ਕਰਦੇ ਅਤੇ ਇੱਕ ਅਵਘਟ ਘਾਟੀ ਉਹਨਾਂ ਵਾਸਤੇ ਇਹ ਹੋਣੀ ਸੀ ਕਿ ਉਹਨਾਂ ਦੇ ਪੁੱਤ ਦੇ ਵਿਆਹ ਦੇ ਉੱਤੇ ਸ਼ਰਾਬ ਨਹੀਂ ਸੀ ਹੋਣੀ, ਉਹਨਾਂ ਦੇ ਪੁੱਤ ਦੇ ਵਿਆਹ ਦੇ ਉੱਤੇ ਡੀਜੇ ਨਹੀਂ ਸੀ ਲੱਗਣੇ। ਜੋ ਕਰਨਾ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਕਰਨਾ ਸੀ, ਹੋਰ ਲੱਚਰਤਾ ਇਹ ਗੰਦ ਸਭ ਕੁਝ ਚੁੱਕ ਕੇ ਬਾਹਰ ਮਾਰਨਾ ਸੀ। ਕਿਸੇ ਤਰ੍ਹਾਂ ਦਾ ਕੋਈ ਤਿਉਹਾਰ ਨਹੀਂ ਉਹਨਾਂ ਨੇ ਮਨਾਉਣਾ ਸੀ, ਜਿਹੜੇ ਅੱਜ ਸਾਡੇ ਲੋਕ ਪੱਗਾਂ ਮੰਨ ਕੇ ਵੀ ਮਨਾਈ ਜਾਂਦੇ ਨੇ, ਭਾਵੇਂ ਉਹ ਦਿਵਾਲੀ ਵਰਗਾ ਹੋਵੇ, ਭਾਵੇਂ ਦੁਸ਼ਹਿਰੇ ਵਰਗਾ ਹੋਵੇ, ਭਾਵੇਂ ਲੋਹੜੀ ਵਰਗਾ ਹੋਵੇ ਅਤੇ ਭਾਵੇਂ ਹੋਲੀ ਵਰਗਾ ਹੋਵੇ, ਅਸਲ ਦੇ ਵਿੱਚ ਜਦੋਂ ਤੁਸੀਂ ਇਹਨਾਂ ਦੇ ਪਿਛੋਕੜ ਦੇ ਵਿੱਚ ਜਾਓਗੇ ਨਾ, ਇਹ ਕੀ ਹੈਗਾ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਅਸੀਂ ਤਾਂ ਭੇਡ ਚਾਲ ਦੁਨੀਆ ਦੇ ਪਿੱਛੇ ਲੱਗੇ ਹੋਏ ਹਾਂ ਵੀ ਜਿਵੇਂ ਆ ਬਾਕੀ ਕਰੀ ਜਾਂਦੇ, ਚਲੋ ਅਸੀਂ ਵੀ ਤਾਂ ਕਰਨਾ ਹੀ ਹੈ ਨਾ। ਕਈ ਕਹਿਣਗੇ ਸ਼ੁਗਲ ਮੇਲਾ ਹੀ ਕਰਦੇ ਹਾਂ, ਸ਼ੁਗਲ ਮੇਲੇ ਦੇ ਵਿੱਚ ਕਦੀ ਵੀ ਬੰਦਾ ਆਪਣੇ ਜ਼ਿੰਦਗੀ ਦੇ ਵਿੱਚ ਜ਼ਹਿਰ ਨਹੀਂ ਖਾਂਦਾ, ਕਦੀ ਵੀ ਖੁਸ਼ ਹੋ ਕੇ ਬੰਦਾ ਜ਼ਹਿਰ ਨਹੀਂ ਖਾ ਜਾਂਦਾ। ਜਦੋਂ ਸ਼ੁਗਲ ਮੇਲਾ ਹੀ ਥੋੜ੍ਹਾ ਜ਼ਹਿਰ ਖਾ ਲੈਂਦੇ, ਕੀ ਹੋਇਆ, ਚੂਹੇ ਮਾਰਨ ਦੀ ਦਵਾਈ ਅਸੀਂ ਵੀ ਖਾ ਲੈਂਦੇ ਹਾਂ। ਸ਼ੁਗਲ ਮੇਲੇ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ, ਅਸਲ ਦੇ ਵਿੱਚ ਅਸੀਂ ਸਰੀਰਕ ਤੌਰ 'ਤੇ ਨਹੀਂ ਮਰਦੇ ਪਏ, ਅਸੀਂ ਆਤਮਕ ਤੌਰ 'ਤੇ ਮਰ ਰਹੇ ਹਾਂ, ਸੋਚ ਕਰਕੇ ਮਾਰਿਆ ਜਾ ਰਿਹਾ। ਸਿੱਖੀ ਦੀ ਸਪਿਰਿਟ ਸੀ ਨਾ ਜਿਹੜੀ, ਉਹ ਅੱਜ ਸਾਡੇ ਅੰਦਰੋਂ ਮਾਰ ਦਿੱਤੀ ਗਈ ਹੈ। ਬੇਸ਼ੱਕ ਸਾਡੇ ਲੋਕ ਇਹਨਾਂ ਗੱਲਾਂ ਨੂੰ ਵਿਚਾਰਦੇ ਨਹੀਂ, ਅੱਜ ਉਹ ਸਿੱਖੀ ਦੀ ਸੋਚ ਜਿਹੜੀ ਪਾਤਸ਼ਾਹ ਨੇ ਬਾਣੀ ਦੇ ਅੰਦਰ ਆਖਿਆ ਸੀ ਨਾ, ਸਿੱਖੀ ਸਿੱਖਿਆ ਗੁਰ ਵਿਚਾਰ, ਅੱਜ ਲੱਭਦੀ ਹੈ। ਅੱਜ ਜਿੰਨੇ ਤੁਸੀਂ ਬੈਠੇ ਹੋ, ਜੇ ਮੈਂ ਹੁਣੇ ਪੁੱਛ ਲਵਾਂ ਨਾ ਕਿੰਨੇ ਕੁ ਆਪਣਾ ਸਹਿਜ ਪਾਠ ਕਰਦੇ ਨੇ ਅਰਥਾਂ ਸਮੇਤ, ਤਾਂ ਸ਼ਾਇਦ ਹੀ ਮੈਨੂੰ ਲੱਗਦਾ ਕੋਈ 4-5 ਜਾਣੇ ਹੱਥ ਖੜਾ ਕਰ ਲੈਣ, ਉਹ ਵੀ ਮੈਂ ਸ਼ਾਇਦ ਕਹਿ ਰਿਹਾ, ਅਰਥਾਂ ਸਮੇਤ ਸਾਡੇ 'ਚੋਂ ਸਹਿਜ ਪਾਠ ਕਰਦੇ। ਰੋਜ਼ਾਨਾ 2-3 ਸ਼ਬਦ ਅਸੀਂ ਅਰਥਾਂ ਸਮੇਤ ਵਿਚਾਰਦੇ ਹਾਂ, ਬਹੁਤ ਘੱਟ, ਸ਼ਾਇਦ ਵਿਰਲੇ। ਹੁਣ ਬਾਣੀ ਨਿੱਤ ਆਪਾਂ ਵਿਚਾਰਦੇ, ਨਿੱਤ ਬਾਣੀ ਨੂੰ ਸਮਝਦੇ ਤਾਂ ਪਤਾ ਲੱਗਣਾ ਸੀਗਾ ਵੀ ਗੁਰੂ ਸਾਹਿਬ ਕਹਿ ਕੀ ਰਹੇ ਨੇ, ਪਰ ਉਸ ਪਾਸੇ ਤੋਂ ਧਿਆਨ ਟੁੱਟ ਗਿਆ ਕਿਉਂਕਿ ਬਾਬਿਆਂ ਨੇ ਵਹਿਮ ਪਾਤੇ ਨਾ, ਉਹ ਬਾਣੀ ਨਾ ਪੜਿਓ, ਜੇ ਬਾਣੀ ਪੜ੍ਹ ਲਓ ਗਲਤੀ ਹੋ ਜਾਏਗੀ, ਪਾਪ ਲੱਗੂਗਾ। ਇੱਦਾਂ ਦੀਆਂ ਗੱਲਾਂ ਕਹਿ ਕੇ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਸਾਨੂੰ ਇੱਕ ਤਾਂ ਬਾਣੀ ਨਾਲੋਂ ਤੋੜ ਦਿੱਤਾ, ਸਾਡੇ ਲੋਕਾਂ ਨੇ ਬਾਣੀ ਪੜ੍ਹਨੀ ਛੱਡੀ। ਕਿਉਂਕਿ ਬਹੁਤੀ ਵਾਰੀ ਔਰੰਗਜ਼ੇਬੀ ਹੁਕਮਨਾਮੇ ਵੀ ਤਾਂ ਲਾਗੂ ਕੀਤੇ ਗਏ ਨਾ, ਅਤੇ ਸਾਡੇ ਲੋਕ ਮਰਿਆਦਾ ਦੇ ਨਾਂ ਦੇ ਉੱਤੇ ਅੱਜ ਇਹਨਾਂ ਸੰਗਤਾਂ ਨੂੰ ਟੋਰਚਰ ਕੀਤਾ ਪਿਆ ਨਾ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਧਰਮੀ ਖਵਾਉਂਦੇ ਨੇ, ਮਰਿਆਦਾ ਦੇ ਨਾਂ ਦੇ ਉੱਤੇ ਆਮ ਜਨਤਾ ਨੂੰ ਇੰਨਾ ਟੋਰਚਰ ਕਰਦੇ, ਇੰਨਾ ਟੋਰਚਰ ਕਰਦੇ ਨੇ ਵੀ ਆਮ ਸਾਡੇ ਲੋਕ, ਆਮ ਸਾਡੇ ਬੱਚੇ ਅੱਜ ਗੁਰਦੁਆਰਿਆਂ 'ਚ ਨਜ਼ਰ ਤੱਕ ਨਹੀਂ ਆਉਂਦੇ, ਉਹ ਕਹਿੰਦੇ ਕੀ ਕਰਨ ਜਾਣਾ ਇੱਥੇ। ਇਹ ਹਿਸਾਬ ਜਿਹੜਾ ਹੈ ਉਹ ਅੱਜ ਸਾਡੇ ਲੋਕਾਂ ਦਾ ਬਣਿਆ ਪਿਆ। ਪਰ ਬਾਬਾ ਕਬੀਰ ਜੀ ਨੇ ਆਖਿਆ, ਕਹਿੰਦੇ ਜਿਹੜੀ ਚੀਜ਼, ਜਿਹੜੀ ਵਿਚਾਰਧਾਰਾ ਦੁਨੀਆ ਦੇ ਲੋਕਾਂ ਨੂੰ ਬੜੀ ਔਖੀ ਲੱਗਦੀ ਸੀ ਨਾ, ਕਹਿੰਦੇ ਮੈਂ ਤਾਂ ਉਸ ਰਾਹ ਦੇ ਉੱਤੇ ਗਿਆ, ਉਹ ਰਾਹ ਹੈ ਸੱਚ ਦਾ ਰਾਹ, ਇੱਕ ਅਵਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਮੈਂ ਉਸ ਘਾਟੀ ਦੇ ਉੱਤੇ ਚੜਿਆ ਵਾਂ, ਮੈਂ ਦੁਨੀਆ ਦੇ ਪਿੱਛੇ ਨਹੀਂ ਲੱਗਿਆ, ਦੁਨੀਆ ਕੀ ਕਰਦੀ ਹੈ ਉਹਨੂੰ ਮੁਬਾਰਕ ਹੋਵੇ, ਮੈਂ ਤਾਂ ਇੱਕ ਮਾਲਕ ਅਕਾਲ ਪੁਰਖ ਜੀ ਨਾਲ ਸਾਂਝ ਪਾਈ ਹੈ। ਵੈਸੇ ਸਾਡੀ ਸਾਂਝ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸੇ ਅਕਾਲ ਪੁਰਖ ਨਾਲ ਪਵਾਈ ਸੀ, ਉਹ ਗੱਲ ਵੱਖਰੀ ਹੈ, ਅੱਜ ਕਈਆਂ ਦਾ ਟਰੈਕ ਜਿਹੜੇ ਨੇ ਉਹ ਚੇਂਜ ਹੋ ਗਏ ਨੇ ਥੋੜ੍ਹੇ ਜਿਹੇ। ਖੈਰ ਅੱਜ ਹੋਲੇ